ਗ੍ਰੀਕ ਦੇ ਵਿੱਚ ਪਾਣੀ ਜਿਹੜਾ ਹੈ ਉਹ ਆ ਚੁੱਕਾ ਔਰ ਇਸ ਤਰ੍ਹਾਂ ਦੇ ਨਾਲ ਲੋਕ ਜਿਹੜਾ ਇੱਥੇ ਆ ਇਸ ਮੁਸ਼ਕਲ ਦੇ ਸਮੇਂ ਦੇ ਨਾਲ ਦੋ ਚਾਰ ਹੋ ਰਹੇ ਆ। ਗੁੜੀਆਂ ਵਿਚਾਰੀਆਂ ਭੈਣਾਂ ਸਾਰੀਆਂ ਵਿੱਚ ਛੱਕ ਤੇ ਰਸੇ ਨਾਲ ਨਾ ਨੂੰ ਇਧਰ ਪਹਚਾਇਆ ਹੈ ਨਾ ਕਿ ਚਲੋ ਕਰਾਂ। ਰਾਗ ਨੂੰ ਕੀ ਪਤਾ ਕੀ ਕੀ। 4-5 ਸਾਲ ਹੋ ਗਏ ਨੂੰ ਉਦੋਂ ਵੀ ਤੁਹਾਨੂੰ ਵੀਡੀਓ ਇਹ ਦੱਸਿਆ ਸੀ ਤੇ ਸਾਡੀ ਤਾਂ ਕੋਈ ਸੜਾਈ ਕੋ ਨਹੀਂ ਹੁੰਦੀ ਅਸੀਂ ਦੋਵੇਂ ਹੀ ਰੁਲਦੇ ਫਿਰਨੇ ਆ ਕੱਚੇ ਸਣੇ ਲੱਗੇ ਫਿਰਨੇ ਸਾਡੀ ਸੁਣੀ ਕੋ ਨਹੀਂ ਜਦੋਂ ਉਟਾਂ ਦੀ ਖੇਰਾਂ ਦੇ ਨੂੰ ਤਾਂ ਹੱਥ ਜੋੜਦੇ ਨਾਲ ਆਈ ਕਰਾਂਗੇ ਅੱਗੇ ਆਵਲਾ ਰਿਹਾ ਬਾਦਰ ਰਿਹਾ ਨੇ ਹੁਣ ਹਣ ਤਾਂ ਮਾਣੂ ਤਾਂ ਵੀਡੀਓ ਪਾਈਏ ਕੋਈ ਬੁੰਦਾਈ ਕੋ ਨਹੀਂ ਪਿਆ ਕੀ ਕਰੀ ਆ ਦੀ ਹਿੰਮਤ ਨਾਲ ਨਿਕਲ ਗਿਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਦੇ ਸਤਲੁਜ ਦਰਿਆ ਕੰਢੇ ਅਸੀਂ ਟਾਣੀ ਨੱਥਾ ਸਿੰਘ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕ੍ਰੀਕ ਦੇ ਵਿੱਚ ਪਾਣੀ ਜਿਹੜਾ ਹੈ ਉਹ ਆ ਚੁੱਕਾ ਔਰ ਪਾਣੀ ਆਉਣ ਦੇ ਨਾਲ ਆ ਸੰਪਰਕ ਜਿਹੜਾ ਹੈਗਾ ਟਾਣੀ ਨੱਥਾ ਸਿੰਘ ਵਾਲਾ ਅਤੇ ਕਈ ਹੋਰ ਪਿੰਡਾਂ ਉਹਨਾਂ ਦਾ ਸੰਪਰਕ ਜਿਹੜਾ ਟੁੱਟ ਚੁੱਕਾ ਹੈ ਲੋਕ ਪ੍ਰਸ਼ਾਸਨ ਦੇ ਵੱਲੋਂ ਮੁਹਈਆ ਕਰਵਾਈਆਂ ਗਈਆਂ ਬੀੜੀਆਂ ਦੇ ਸਹਾਰੇ ਦਰਿਆ ਨੂੰ ਪਾਰ ਕਰ ਰਹੇ ਆ ਦੱਸ ਦਈਏ ਕਿ ਹੁਸੈਨੀਵਾਲਾ ਤੋਂ ਸਵਾ ਲੱਖ ਕਿਉਂ ਸੇਕ ਦੇ ਕਰੀਬ ਪਾਣੀ ਛੱਡੇ ਜਾਣ ਦੀ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਸਭ ਦੇ ਵਿਚਾਲੇ ਜਿਹੜੇ ਲੋਕ ਪਰਲੇ ਪਾਸੇ ਸੀਗੇ ਉਹਨਾਂ ਨੇ ਇੱਧਰ ਆਉਣਾ ਸੀਗਾ ਉਹ ਹੁਣ ਬੀੜੀਆਂ ਦਾ ਸਹਾਰਾ ਲੈਂਦੇ ਹੋਏ ਦਿਖਾਈ ਦੇ ਰਹੇ ਆ ਔਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਸਤਲੁਜ ਦੇ ਲੈਹੰਦੇ ਪਾਸੇ ਲੋਕ ਹੈਗੇ ਆ ਉਹ ਉਸ ਸਾਈਡ ਤੋਂ ਜਿਹੜਾ ਹੈਗਾ ਚੇਂਜ ਹੋ ਕੇ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਨੂੰ ਆ ਜਾਣ ਔਰ ਆਪਣੇ ਆਪ ਦੇ ਜਿਹੜੇ ਜਰੂਰੀ ਸਮਾਨ ਹੈਗਾ ਚਾਹੇ ਉਹ ਡੰਗਰ ਹੈਗੇ ਆ ਚਾਹੇ ਉਹ ਘਰੇਲੂ ਜਰੂਰੀ ਸਮਾਨ ਹੈਗਾ ਉਸ ਨੂੰ ਸੇਫ ਜਗ੍ਹਾ ਤੇ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਇਆ ਜਾਵੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਰਾਹਤ ਕੈਂਪ ਜਿਹੜੇ ਆ ਪ੍ਰਸ਼ਾਸਨ ਦੇ ਵੱਲੋਂ ਉਹ ਵੀ ਬਣਾ ਦਿੱਤੇ ਗਏ ਆ ਔਰ ਲੋਕਾਂ ਨੂੰ ਰਾਹਤ ਕੈਂਪ ਦੇ ਵਿੱਚ ਹਰ ਇੱਕ ਸੁਵਿਧਾ ਦੇਣ ਦੀ ਗੱਲ ਵੀ ਜਿਹੜੀ ਆਖੀ ਜਾ ਰਹੀ ਹੈ ਅ ਅਸੀਂ ਜੇਕਰ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜਾ ਇੱਥੇ ਅ ਇਸ ਮੁਸ਼ਕਲ ਦੇ ਸਮੇਂ ਦੇ ਨਾਲ ਦੋ ਚਾਰ ਹੋ ਰਹੇ ਆ ਕਿਸ ਤਰ੍ਹਾਂ ਦੇ ਨਾਲ ਆਪਣੇ ਵਹੀਕਲ ਜਿਹੜੇ ਹੈਗੇ ਆ ਉਹ ਜਿਹੜੇ ਕਿ ਉੱਪਰਲੇ ਸਾਈਡ ਤੇ ਪਾਣੀ ਦੀ ਵਜ੍ਹਾ ਨਾਲ ਫਸ ਗਏ ਸੀ ਉਹਨਾਂ ਨੂੰ ਹੁਣ ਬੀੜੀਆਂ ਦੇ ਸਹਾਰੇ ਜਿਹੜਾ ਹੈਗਾ ਵਾਪਸ ਲਿਆਂਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਪਾਣੀ ਜਿਹੜਾ ਹੈਗਾ ਉਸ ਦਾ ਪੱਧਰ ਲਗਾਤਾਰ ਜਿਹੜਾ ਹੈਗਾ ਉਹ ਵੱਧਾ ਹੋਇਆ ਦਿਖਾਈ ਦੇ ਰਿਹਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਮਹਿਜ਼ 2 ਘੰਟੇ ਦੇ ਵਿੱਚ ਜਿਹੜਾ ਹੈਗਾ 1 ਫੁੱਟ ਤੋਂ 1.5 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਹੈ ਉਹ ਵੱਧ ਚੁੱਕਾ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇੱਥੇ ਜੋ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਆ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆ ਇੱਥੇ ਜਿਹੜੇ ਹਾਲਾਤ ਹੈਗੇ ਆ ਉਹ ਕਿਸ ਤਰ੍ਹਾਂ ਦੇ ਆ ਕਿਉਂਕਿ ਹੁਣ ਤੱਕ ਸਾਨੂੰ ਜੋ ਪਤਾ ਲੱਗਾ ਕਿ ਇੱਥੇ ਇੱਕ ਪੁਲ ਮੰਗਿਆ ਜਾਂਦਾ ਸੀ ਬਾਬਾ ਜੀ ਤੁਸੀਂ ਇਸ ਉਮਰ ਚ ਦਾ ਬਜ਼ੁਰਗ ਤੁਰਦੇ ਮਸਾਂ ਤੋਂ ਤੁਸੀਂ ਏਡੀ ਬੀੜੀ ਖਿੱਚ ਕੇ ਲਿਆ ਰਹੇ ਹੋ ਹਾਂਜੀ ਚਾਰ ਚੱਕਰ ਲਗਾਏ ਨੇ ਵਿੱਚ ਜਨਤਾ ਨੂੰ ਕੱਢੀ ਜਾਂਦੇ ਆ ਗੁਡੀਆਂ ਵਿਚਾਰੀਆਂ ਭੈਣਾਂ ਸਾਰੀਆਂ ਵਿੱਚ ਛੱਕ ਤੇ ਰਸੇ ਨਾਲ ਨਾਲ ਨੂੰ ਇੱਧਰ ਪਹਚਾਇਆ ਮੈਂ ਕਿਹਾ ਚਲੋ ਘਰਾਂ ਨੂੰ ਟੰਡੀ ਕਦੀਮ ਚਲੋ ਕੀ ਕਰੀਏ ਤਾਂ ਤੋਂ ਜਿਹੜੇ ਤੁਸੀਂ ਸਾਰਿਆਂ ਨੂੰ ਲੈ ਕੇ ਆ ਰਹੇ ਹੋ ਵਾਪਸ ਹਾਂਜੀ ਹਾਂਜੀ ਵੀ ਕੀ ਪਤਾ ਰਾਤ ਨੂੰ ਕਰਦੇ ਨੇ ਨਾ ਆਂਦਣ ਪਾਣੀ ਬਹੁਤ ਆਣਾ ਰਾਤ ਨੂੰ ਵੀ ਕੋਈ ਦਿਨੇ ਦਿਨੇ ਇਹਨਾਂ ਨੂੰ ਪਚਾਈਏ ਕਪੜਾ ਲਿਗੜਾ ਜੋ ਕੁੜੀਆਂ ਬੱਚੇ ਕੱਢ ਲਈਏ ਰਾਤ ਨੂੰ ਕੀ ਪਤਾ ਕੀ ਬਣਨਾ ਹੈ ਕਿ ਨਹੀਂ ਇਸ ਕਰਕੇ ਵੇਖਾ ਇਹ ਜਗ੍ਹਾ ਦੀ ਆਪਾਂ ਗੱਲ ਕਰ ਲਈਏ ਇਹ ਤਾਂ ਅੱਜ ਤੋਂ ਮੇਰੇ ਖਿਆਲ ਚ 4 ਸਾਲ ਪਹਿਲਾਂ ਇਹ ਹਾਲਾਤ ਬਣੇ ਸੀ ਪਾਣੀ ਜ਼ਿਆਦਾ ਆਇਆ ਸੀ ਉਦੋਂ ਵੀ ਤੁਸੀਂ ਕਿਹਾ ਉਦੋਂ ਵੀ ਤੁਸੀਂ ਮੰਗ ਰੱਖੀ ਸੀ ਕਿ ਇੱਕ ਪੁਲ ਹੋਣਾ ਚਾਹੀਦਾ ਪੁਲ ਹੋਣਾ ਚਾਹੀਦਾ 4-5 ਸਾਲ ਹੋ ਗਏ ਨੂੰ ਉਦੋਂ ਵੀ ਤੁਹਾਨੂੰ ਵੀਡੀਓ 'ਚ ਦੱਸਿਆ ਸੀ ਤੇ ਸਾਡੀ ਤਾਂ ਕੋਈ ਸੜਾਈ ਕੋ ਨਹੀਂ ਹੁੰਦੀ ਅਸੀਂ ਤੋਂ ਵੀ ਰੁਲਦੇ ਫਿਰਨੇ ਕੱਚੇ ਸੜੇ ਲੱਗੇ ਫਿਰਨੇ ਵਿੱਚ ਵੇਖੋ ਕੀ ਬਣੇਗਾ ਕੋਈ ਨਹੀਂ ਆਇਆ ਨਾ ਸਾਡੀ ਸੁਣੀ ਕੋਈ ਨਹੀਂ ਜਦੋਂ ਉਟਾਂ ਦੀ ਖੇਰਾਂ ਦੇ ਨੂੰ ਤਾਂ ਹੱਥ ਜੋੜਦੇ ਨਾ ਅਸੀਂ ਕਰਾਂਗੇ ਅੱਗੇ ਆਵਲਾ ਰਿਆ ਬਾਦਲ ਰਏ ਨੇ ਹੁਣ ਐਮ ਐਲ ਗੋਲਡੀ ਸਾਹਿਬ ਹੈਗਾ ਇਥੋਂ ਢੇੜਾ ਮਾਰਦੇ ਪਿਛਾ ਨੂੰ ਗਿਆ ਚਲਾ ਉਹਨੇ ਕੋਈ ਵਾਟ ਪੁੱਛੀ ਹੈ ਵੀ ਕੀ ਤਕਲੀਫ ਹੈ ਮੈਨੂੰ ਦੱਸੋ ਹੁਣ ਤਾਂ ਮਾਨ ਨੂੰ ਤਾਂ ਵੀਡੀਓ ਪਾਈਏ ਕੋਈ ਸੁਣਦਾ ਹੀ ਕੋਈ ਨਹੀਂ ਪਿਆ ਕੀ ਕਰਿਆ ਅੱਧੀ ਹਿੰਮਤ ਨਾਲ ਹੀ ਨਿਕਲੇ ਜਾਣੇ ਕੱਢੀ ਜਾਣੇ ਰਸੇ ਨਾਲ ਛੇਕਦੇ ਚੱਪੂ ਵੀ ਕੋਈ ਨਹੀਂ ਦਿੱਤੇ ਨੇ ਨਾ ਅੱਗੋਂ ਲਾਉਣ ਵਾਲਾ ਮੈਂ ਰੱਸਾ ਪਾ ਲਿਆ ਉਹਦੇ ਨਾਲ ਜਨਤਾ ਕੱਢੀ ਜਾਣੇ ਹਾਂ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਪਾਰ ਪਰਲੇ ਪਾਸੇ ਸਕੂਲ ਵੀ ਹੈਗਾ ਬੀਐਸਐਫ ਦੀਆਂ ਚੌਕੀਆਂ ਵੀ ਹੈਗੀਆਂ ਚੌਕੀਆਂ ਵੀ ਹੈਗੇ ਨੇ ਸਰ ਉਹਨਾਂ ਦੀ ਪਰਾਂ ਪੋਲੇ ਕੀ ਤਾਂ ਨਹੀਂ ਉਹ ਇਧਰ ਆਂਦੇ ਉਹਨਾਂ ਦੀ ਬਾਰਡਰ ਤੇ ਬਣੇ ਪੁਲ ਪਈ ਇੱਕ ਤੇ ਉਹਦੇ ਉਤੋਂ ਪਰਾਂ ਆਵਾ ਜੀ ਲਾਂਦੀ ਹੈਗੀ ਇੰਨੇ ਤਾਂ ਇਧਰ ਆਵਣ ਆ ਉਹ ਉਹ ਤਾਂ ਨਹੀਂ ਆਂਦੇ ਸਾਨੂੰ ਉਧਰ ਜਾਣ ਨਹੀਂ ਦਿੰਦੇ ਤਾਰ ਦੇ ਲੱਗੇ ਬਾਰਡਰ ਦੇ ਵੀ ਐਵੇਂ ਕਿਤੇ ਗੱਲ ਨਾ ਪਰਾਂ ਕਰ ਲੈ ਸਾਨੂੰ ਨਹੀਂ ਜਾਣ ਦਿੰਦੇ ਤੇ ਅਸੀਂ ਇਧਰ ਹੀ ਸਾਨੂੰ ਮਰਨ ਜੀ ਬਣਾਏ ਐਸੇ ਰਾਤ ਹੋਇਆ ਹੈ ਕਿੰਨੇ ਲੋਕ ਐ ਜਿਹੜੇ ਹਜੇ ਵੀ ਉਹ ਸਾਈਡ ਤੇ ਜਿਹੜੇ ਫਸੇ ਹੋਏ ਇਹਦੇ ਜੀ 1000 ਤੇ 30 ਓਟੇ ਕੀ ਅੰਦਰ ਜੀ ਸਾਰੇ ਹੀ ਅੰਦਰ ਹੈਗੇ ਨੇ ਹਜੇ ਸਾਰੇ ਹੀ ਅੰਦਰ ਸਾਰੇ ਹੀ ਅੰਦਰ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਪਾਸੇ ਜਿਹੜਾ ਹੈਗਾ ਅਨਾਉਂਸਮੈਂਟ ਕੀਤੀ ਸੀ ਕਿ ਤੁਸੀਂ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਪਾਣੀ ਆਣ ਵਾਲਾ ਹੈ ਤਾਂ ਫਿਰ ਕਿਉਂ ਨਹੀਂ ਲੋਕੀ ਪਿੰਡ ਛੱਡ ਕੇ ਨਿਕਲੇ ਬਾਹਰ ਪਿੰਡ ਸਰ ਪਿੱਛੇ ਕੋਈ ਥਾਂ ਨਹੀਂ ਰਹਿਣ ਦੀ ਕੋਈ ਪੱਠਾ ਨਹੀਂ ਕੋਈ ਮੱਜਾ ਨਹੀਂ ਛੜੀਏ ਤਾਂ ਪਾਕਿਸਤਾਨ ਭੱਜਣ ਗਿਆ ਆ ਦਰਿਆ ਦੇ ਵਿੱਚ ਹੀ ਜਾਉਣ ਗਿਆ ਇੱਧਰ ਤੇ ਜਾਣਾ ਨਹੀਂ ਹੋਣਾ ਤੇ ਕੀ ਕਰਾਂਗੇ ਉਹਨਾਂ ਨੂੰ ਇੱਥੇ ਪੱਠਾ ਵੀ ਮਿਲ ਜਾਂਦਾ ਸਾਰਾ ਕੁਝ ਐਸੇ ਕਰਕੇ ਬੈਠੇ ਆ ਵੀ ਚਲੋ ਇੱਥੇ ਤੂੜੀ-ਤਾੜੀ ਵੀ ਹੈਗੀ ਏ ਕਿਸੇ ਸਰਕਾਰ ਨੇ ਦੇਣਾ ਤਾਂ ਹੈ ਨਹੀਂ ਉੱਥੇ ਭੁੱਖੀਆਂ ਮਰਨ ਦੀਆਂ ਤੇ ਜਨਤਾ ਵਖਰੀ ਮਰੇਦੀ ਨਾ ਕੋਈ ਲੰਗਰ ਨਾ ਪਾਣੀ ਨਾ ਲੈਣੀ ਨਾ ਦੇਣੀ ਕੀ ਕਰਨਗੇ ਉੱਥੇ ਸੰਗਤ ਖਾਵੇ ਦੀ ਕੀ ਇੱਥੇ ਤਾਂ ਕੋਈ ਰੋਟੀਆਂ ਰਾਟੀਆਂ ਕੋਈ ਮਿਲਦੀ ਆ ਭੈਣ ਕੋਈ ਪੱਠੇ ਪਾ ਲੈ ਕੋ ਤੂੜੀ ਪਾ ਲਈ ਕੀ ਕਰਾਂਗੇ ਆ ਆ ਸਾਰਾ ਸਾਡੀ ਹੈ ਇਸ ਮਸੇ ਸਾਡੀ ਸੁਣੀ ਨਹੀਂ ਚਾਹੀਦੀ ਏ ਨੇ ਤਾਂ ਇੱਥੇ ਜਨਤਾ ਦਾ ਬੁਰਾ ਹਾਲ ਹੋ ਜਨ ਅੱਜ ਰਾਤ ਪਾਣੀ ਕਹਿੰਦੇ ਛੁੱਟਿਆ ਹੈ ਕੀ ਪਤਾ ਸਵੇਰੇ ਥੋੜੀ ਕੀ ਬਣ ਜਾਣਾ ਅਸੀਂ ਤਾਂ ਇਹ ਗੱਲ ਕਹਿੰਨੇ ਆ ਸਾਡੀ ਕੋਈ ਸਰਕਾਰ ਸਹਾਇਤਾ ਕਰੇ ਜਾਂ ਪੋਲ ਜਾਂ ਕੋਈ ਵੋਟ ਬਾਟ ਹੋਰ ਆ ਜਾਵੇ ਇੰਜਨ ਉੰਜਨ ਵਾਲੀ ਜਾਂ ਕੋਈ ਰਾਤ ਨੂੰ ਮੁਸ਼ਕਲ ਹੋ ਜਾਵੇ ਤਾਂ ਬੰਦਾ ਵਿੱਚ ਬੈਠੇ ਨਿਕਲ ਜਾਂਦਾ ਤਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਹਾਲਾਤਾਂ ਦੀ ਤਾਂ ਹਾਲਾਤ ਜਿਹੜੇ ਆ ਉਹ ਤੁਸੀਂ ਦੇਖ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਹੱਦ ਦੇ ਨਾਲ ਜਾਂ ਕਹਿ ਲਈਏ ਕਿ ਜਿਹੜੇ ਦਰਿਆ ਦੇ ਕੰਢੇ ਲੋਕ ਵਸੇ ਆ ਸਾਰੇ ਥਾਵਾਂ ਤੇ ਇਹੀ ਹਾਲਾਤ ਹੈਗੇ ਆ ਲੇਕਿਨ ਟਾਣੀ ਨੱਥਾ ਸਿੰਘ ਦੀ ਜਲਾਲਾਬਾਦ ਦੀ ਇਸ ਜਗ੍ਹਾ ਦੀ ਗੱਲ ਕਰ ਲਈਤੀ ਜਾਵੇ ਤਾਂ ਅੱਜ ਤੋਂ 4 ਸਾਲ ਪਹਿਲਾਂ ਵੀ ਜਦ ਪਾਣੀ ਆਇਆ ਸੀ ਉਦੋਂ ਵੀ ਲੋਕਾਂ ਦੀ ਇਹੀ ਮੰਗ ਸੀ ਕਿ ਇੱਥੇ ਇੱਕ ਪੁਲ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈ 1000 ਦੇ ਕਰੀਬ ਵੋਟ ਹੈ 1000 ਦੇ ਕਰੀਬ ਦੂਸਰੀ ਸਾਈਡ ਹਾਣੀ ਨੱਥਾ ਸਿੰਘ ਵਾਲੀ ਸਾਈਡ ਤੇ ਲੋਕ ਹੈਗੇ ਆ ਇਹਨਾਂ ਦਾ ਕਹਿਣਾ ਹੈ ਕਿ ਇਹ ਮਜਬੂਰ ਨੇ ਆਪਣੀਆਂ ਜਿਹੜੇ ਡੰਗਰ ਹੈਗੇ ਉਹਨਾਂ ਨੂੰ ਵੀ ਨਹੀਂ ਛੱਡ ਸਕਦੇ ਇਹ ਕਿਉਂਕਿ ਜੇਕਰ ਆਪਣੇ ਡੰਗਰ ਛੱਡ ਕੇ ਇਹੇ ਸੇਵ ਜਗ੍ਹਾ ਤੇ ਚਲੇ ਜਾਣਗੇ ਤਾਂ ਫਿਰ ਪਾਣੀ ਦੇ ਵਹਾਣ ਨਾਲ ਉਹ ਪਾਕਿਸਤਾਨ ਪਹੁੰਚ ਜਾਣਗੇ ਜਿੱਥੋਂ ਵਾਪਸ ਆਉਣ ਦੀ ਉਮੀਦ ਜਿਹੜੀ ਆ ਉਹ ਨਹੀਂ ਹੈਗੀ ਤਾਂ ਮਜਬੂਰੀ ਵਸ ਲੋਕ ਜਿਹੜੇ ਆ ਉਹ ਇੱਥੇ ਫਸੇ ਹੋਏ ਦਿਖਾਈ ਦੇ ਰਹੇ ਆ ਹਾਲਾਂਕਿ ਜ਼ਰੂਰੀ ਸਮਾਨ ਅਤੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਲੇਕਿਨ ਪਿੰਡ ਦੇ ਜਿਹੜੇ ਆਦਮੀ ਮਰਦ ਹੈਗੇ ਆ ਉਹ ਹਜੇ ਵੀ ਜਿਹੜੇ ਹੈਗੇ ਆ ਡਟੇ ਹੋਏ ਆ ਫਿਲਹਾਲ ਤਸਵੀਰਾਂ ਜਿਹੜੀਆਂ ਟਾਣੀ ਨੱਥਾ ਸਿੰਘ ਤੋਂ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਦੇ ਟਾਣੀ ਨੱਥਾ ਸਿੰਘ ਦੀ ਇਸ ਕਰੀਕ ਤੋਂ ਤੁਹਾਨੂੰ ਦਿਖਾ ਰਿਹਾ